ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਅੱਗੇ ਪੱਕਾ ਮੋਰਚਾ ਲਗਾ ਦਿੱਤਾ ਗਿਆ। ਜਿਹੜੇ ਇਮੀਗ੍ਰੇਸ਼ਨ ਸੈਂਟਰ ਵਾਲੇ ਨੇ ਉਹਨਾਂ ਦਾ ਗੇਟ ਬੰਦ ਕਰਕੇ ਉੱਥੇ ਲੰਗਰ ਵਗੈਰਾ ਤਿਆਰ ਕਰ ਲਿਆ ਅਤੇ ਨਾਲ ਹੀ ਉੱਥੇ ਟੈਂਟ ਲਗਾ ਕੇ ਉੱਥੇ ਬੈਠ ਗਏ ਨੇ। ਹਰ ਇੱਕ ਵਾਰ ਇਹਨਾਂ ਨੇ ਵੱਡੀ ਪੈਸਿਆਂ ਦੀ ਧੋਖਾਧੜੀ ਕੀਤੀ ਹੁੰਦੀ ਆ। ਵਿਦੇਸ਼ ਭੇਜਣ ਦੇ ਨਾਮ 'ਤੇ ਲੋਕਾਂ ਦੇ ਨਾਲ ਠੱਗੀਆਂ ਮਾਰਨ ਦੇ ਜਿਹੜੇ ਮਾਮਲੇ ਨੇ ਲਗਾਤਾਰ ਸਾਹਮਣੇ ਆ ਰਹੇ ਨੇ ਅਤੇ ਅੱਜ ਗੱਲ ਕਰ ਰਹੇ ਹਾਂ ਪਟਿਆਲਾ ਦੀ, ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਅੱਗੇ ਪੱਕਾ ਮੋਰਚਾ ਲਗਾ ਦਿੱਤਾ ਗਿਆ। ਰਾਤ ਹੋ ਚੁੱਕੀ ਹੈ ਪਰ ਜਿਹੜੇ ਕਿਸਾਨ ਆਗੂ ਨੇ ਪੀੜਿਤ ਪਰਿਵਾਰਾਂ ਦੇ ਨਾਲ ਇੱਥੇ ਡਟੇ ਹੋਏ ਨੇ। ਤੁਹਾਨੂੰ ਪਿੱਛੇ ਦਿਖਾ ਦਈਏ ਕਿ ਇੱਥੇ ਤਾਂ ਕਿਸਾਨ ਆਗੂ ਖੜੇ ਹੀ ਨੇ ਪਰ ਪਿੱਛੇ ਵੀ ਉਹਨਾਂ ਨੇ ਜਿਹੜੇ ਇਮੀਗ੍ਰੇਸ਼ਨ ਸੈਂਟਰ ਵਾਲੇ ਨੇ ਉਹਨਾਂ ਦਾ ਗੇਟ ਬੰਦ ਕਰਕੇ ਉੱਥੇ ਲੰਗਰ ਵਗੈਰਾ ਤਿਆਰ ਕਰ ਲਿਆ ਅਤੇ ਨਾਲ ਹੀ ਉੱਥੇ ਟੈਂਟ ਲਗਾ ਕੇ ਉੱਥੇ ਬੈਠ ਗਏ ਨੇ ਅਤੇ ਚੇਤਾਵਨੀ ਦਿੱਤੀ ਹੈ ਜਦੋਂ ਤੱਕ ਉਸ ਪੀੜਿਤ ਪਰਿਵਾਰਾਂ ਦੇ ਨਾਲ ਇਨਸਾਫ ਨਹੀਂ ਹੁੰਦਾ ਉਹ ਇਸ ਹੈੱਡਕੁਆਟਰ ਇਮੀਗ੍ਰੇਸ਼ਨ ਸੈਂਟਰ ਦੇ ਅੱਗੇ ਉਹ ਨਹੀਂ ਜਾਣਗੇ। ਆਗੂਆਂ ਨਾਲ ਪਹਿਲਾਂ ਗੱਲ ਕਰ ਲੈਂਦੇ ਹਾਂ। ਪ੍ਰਧਾਨ ਜੀ, ਪੂਰਾ ਕੀ ਮਾਮਲਾ ਕਿ ਆਪਾਂ ਨੂੰ ਐਡਾ ਵੱਡਾ ਮੋਰਚਾ ਲਗਾਉਣ ਦੀ ਲੋੜ ਪੈ ਗਈ? ਦੇਖੋ, ਜਿਹੜੇ ਇਹ ਹੈੱਡਕੁਆਟਰ ਇਮੀਗ੍ਰੇਸ਼ਨ ਵਾਲੇ ਨੇ, ਅਸੀਂ ਇੱਥੇ ਕਾਫੀ ਵਾਰ ਆ ਚੁੱਕੇ ਹਾਂ, ਕੋਈ ਪਹਿਲਾ ਮਸਲਾ ਨਹੀਂ ਹੈਗਾ ਇਹ। ਜਦੋਂ ਵੀ ਆਏ ਹਾਂ ਤਾਂ ਹਰ ਇੱਕ ਵਾਰ ਇਹਨਾਂ ਨੇ ਵੱਡੀ ਪੈਸਿਆਂ ਦੀ ਧੋਖਾਧੜੀ ਕੀਤੀ ਹੁੰਦੀ ਆ ਨੌਜਵਾਨਾਂ ਨਾਲ, ਉਹਨਾਂ ਦੇ ਮਾਪਿਆਂ ਨਾਲ, ਅਤੇ ਨਾ ਕਿਤੇ ਇਹ ਮਤਲਬ ਉਸ ਦਾ ਭਵਿੱਖ ਵੀ ਖਰਾਬ ਕਰਦੇ ਨੇ ਬੱਚੇ ਦਾ, ਇਕੱਲੇ ਉਹਨਾਂ ਦੇ ਪੈਸਿਆਂ ਨੂੰ ਹੀ ਨਹੀਂ ਹੜੱਪਦੇ ਹੈਗੇ, ਕਿਉਂਕਿ ਉਹਨਾਂ ਦੀਆਂ ਰਿਫਿਊਜਲਾਂ ਆਈਆਂ ਨੂੰ ਸਾਲ ਸਾਲ ਵਾਂਗੂ ਹੋ ਜਾਂਦਾ ਅਤੇ ਉਹਨਾਂ ਨੂੰ ਹਲੇ ਲਾਰਿਆਂ 'ਚ ਲਾ ਕੇ ਰੱਖਦੇ ਨੇ ਇਹ ਕਿ ਹਲੇ ਤੁਹਾਡਾ ਪ੍ਰੋਸੈਸ 'ਚ ਆ, ਤੁਹਾਡਾ ਵੀਜ਼ਾ ਆਊਗਾ। ਇਸ ਤਰ੍ਹਾਂ ਦੇ ਮਸਲੇ ਆਉਂਦੇ ਰਹੇ ਨੇ। ਚੌਥੀ ਤੋਂ ਪੰਜਵੀਂ ਵਾਰ ਮੈਂ ਖੁਦ ਵੀ ਇੱਥੇ ਆ ਚੁੱਕਿਆ ਅਤੇ ਜਦੋਂ ਇਹ ਵਾਅਦਾ ਕਰਦੇ ਨੇ, ਕਿਉਂਕਿ ਜਿਨ੍ਹਾਂ ਦੇ ਪੈਸੇ ਲੱਗੇ ਹੁੰਦੇ ਨੇ, ਤੁਹਾਨੂੰ ਪਤਾ ਵੀ ਅੱਜ ਪੰਜਾਬ ਦੀ ਹਾਲਤ ਕੀ ਆ, ਕਿਸਾਨੀ ਦੀ ਜਾਂ ਜਿਹੜੇ ਛੋਟਾ ਤਬਕਾ ਉਹਦੀ ਹਾਲਤ ਕੀ ਆ। ਜਾਂ ਤਾਂ ਜਿਹੜੀ ਥੋੜ੍ਹੀ ਬਹੁਤੀ ਜ਼ਮੀਨ ਆ ਕੋਈ ਉਹ ਵੇਚਦਾ, ਜਾਂ ਉਹਨੂੰ ਕੋਈ ਬੈਂਕ ਦੇ ਕੋਲ ਜਾਂ ਕਿਸੇ ਸੂਦਖੋਰ ਕੋਲ ਰੱਖ ਕੇ ਉਹਦੇ 'ਤੇ ਵੱਡੇ ਵਿਆਜਾਂ ਦੇ ਉੱਤੇ ਪੈਸੇ ਚੱਕ ਕੇ, ਕਿਉਂਕਿ ਪੰਜਾਬ ਦੀ ਹਾਲਤ ਆ ਜਿਹੜੀ, ਨਾ ਇੱਥੇ ਨੌਕਰੀਆਂ ਰਹੀਆਂ ਨੇ, ਨਸ਼ੇ ਬਹੁਤ ਜ਼ਿਆਦਾ ਹੋ ਗਏ, ਅਤੇ ਸਰਕਾਰਾਂ ਦੀਆਂ ਨਲਾਇਕੀਆਂ ਨੇ ਦੇ ਕਾਰਨ ਬੱਚੇ ਆਪਣਾ ਭਵਿੱਖ ਤਲਾਸ਼ਣ ਵਾਸਤੇ, ਆਪਣੇ ਆਉਣ ਵਾਲੇ ਭਵਿੱਖ ਨੂੰ ਵਧੀਆ ਬਣਾਉਣ ਵਾਸਤੇ ਵਿਦੇਸ਼ਾਂ ਵੱਲ ਆਪਣਾ ਰਾਹ ਕਰ ਰਹੇ ਨੇ, ਅਤੇ ਉਸ ਦੇ ਵਿੱਚ ਇਕੱਲੇ ਉਹਨਾਂ ਦੇ ਸੁਪਨੇ ਹੀ ਨਹੀਂ, ਇਹ ਇਮੀਗ੍ਰੇਸ਼ਨ ਵਾਲੇ ਕਰਦੇ ਚੂਰ, ਅਤੇ ਉਹਨਾਂ ਦੇ ਪਿੱਛੇ ਜਿਹੜੇ ਪਰਿਵਾਰ ਰਹਿ ਜਾਂਦੇ ਨੇ ਉਹਨਾਂ ਨੂੰ ਵੀ ਫਾਈਨੈਂਸ਼ੀਅਲ ਤੌਰ 'ਤੇ ਅਤੇ ਆਤਮ ਹੱਤਿਆ ਕਰਨ ਤੱਕ ਮਜਬੂਰ ਕਰ ਰਹੇ ਨੇ। ਹਾਂਜੀ, ਤਾਜ਼ਾ ਮਾਮਲਾ ਤੁਹਾਨੂੰ ਆਉਣਾ ਪੈ ਗਿਆ ਸਵੇਰ ਤੋਂ, ਤੁਸੀਂ ਕਹਿੰਦੇ ਵੀ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਸੀਗੇ ਵੀ ਇਹ ਸ਼ਾਇਦ ਮੰਨ ਜਾਣ, ਪਰ ਹੁਣ ਤੁਹਾਨੂੰ ਪੱਕਾ ਮੋਰਚਾ ਲਗਾਉਣਾ ਪੈ ਗਿਆ। ਕਿੰਨੇ ਕੇਸ ਨੇ, ਕਿੰਨਾ ਰੁਪਈਆ ਇਹਨਾਂ ਕੋਲ ਫਸਿਆ ਹੋਇਆ? ਦੇਖੋ, ਦੋ ਕੇਸ ਸਾਡੀ ਜਥੇਬੰਦੀ ਕੋਲ ਆਏ ਹੋਏ ਨੇ। ਇੱਕ ਪਟਿਆਲਾ 2 ਬਲਾਕ ਦੇ ਕੋਲ ਕੇਸ ਆਇਆ ਹੋਇਆ, ਆਪਣਾ ਫਤਿਹਗੜ੍ਹ ਸਾਹਿਬ ਦਾ ਪਿੰਡ ਹੈ, ਲਟੌਰ ਪਿੰਡ, ਉੱਥੇ ਦਾ ਕੇਸ ਆ, ਜਿਹੜਾ ਕਿ 10 ਲੱਖ ਤੋਂ ਜ਼ਿਆਦਾ ਇਹਨਾਂ ਨੇ ਰੁਪਏ ਲਏ ਸੀਗੇ ਉਹਨਾਂ ਤੋਂ, ਪਰ ਕਿਉਂਕਿ ਮਜਬੂਰੀਆਂ ਹੁੰਦੀਆਂ ਨੇ ਜਦੋਂ ਵਾਪਸ ਕਰਾਉਣੇ ਨੇ, ਇਹ ਕੋਈ ਬਹਾਨੇ ਲਾ ਕੇ ਫਿਰ ਵੀ 8 ਲੱਖ ਰੁਪਏ ਦੇ ਵਿੱਚ ਇਹਨਾਂ ਨਾਲ ਮਸਲਾ ਜਿਹੜਾ ਉਹ ਸੈੱਟ ਹੋ ਗਿਆ ਸੀਗਾ। ਉਸ ਦੇ ਵਿੱਚੋਂ 6 ਲੱਖ ਰੁਪਏ ਦੇ ਚੁੱਕੇ ਨੇ, ਅਤੇ ਉਹ ਤੋਂ ਬਾਅਦ 2 ਲੱਖ ਰੁਪਏ ਦੇਣ ਨੂੰ ਵਾਰ ਵਾਰ ਟਾਈਮ ਦਿੰਦੇ ਨੇ, ਅਤੇ ਉਸ ਟਾਈਮ ਤੋਂ ਅੱਗੇ ਦਾ ਸਮਾਂ ਆ ਜਾਂਦਾ, ਪਰ ਇਹਨਾਂ ਦੇ ਜਿਹੜੇ ਚੈੱਕ ਦਿੱਤੇ ਹੋਏ ਨੇ ਉਹ ਵੀ ਬਾਉਂਸ ਹੋ ਚੁੱਕੇ ਨੇ। ਪ੍ਰਧਾਨ ਜੀ, ਹੁਣ ਆਪਾਂ ਜਿਹੜਾ ਅੱਜ ਦਾ ਕੇਸ ਉਹੀ ਹੈ ਜਾਂ ਹੋਰ ਵੀ ਹੈ? ਕਹਿੰਦੇ 30 ਪੈਸੇ ਇੱਕ ਕੇਸ ਮਲੇਰਕੋਟਲੇ ਜ਼ਿਲ੍ਹੇ ਦਾ ਅਤੇ 2 ਸੰਗਰੂਰ ਦੇ ਨੇ, ਮਤਲਬ 4 ਕੇਸ ਅੱਜ ਇੱਥੇ ਤਾਜ਼ਾ ਨੇ। ਅਤੇ ਜਿਹੜਾ ਮਸਲਾ ਮਲੇਰਕੋਟਲੇ ਦਾ, ਉਹਦੇ ਵਿੱਚ ਵੀ ਲਗਾਤਾਰ ਪਿਛਲੇ ਦਸੰਬਰ ਤੋਂ
ਜਥੇਬੰਦੀ ਤੇ ਪਰਿਵਾਰ ਲੱਗਿਆ ਹੋਇਆ ਇਹਨਾਂ ਕੋਲ ਆਉਣ, ਵਾਰ-ਵਾਰ ਸਮਾਂ ਦਿੰਦੇ ਨੇ ਇਹ। ਤੇ ਚਲੋ ਆਪਾਂ ਚਾਹੁੰਦੇ ਆ, ਪਰਿਵਾਰ ਵੀ ਚਾਹੁੰਦਾ, ਆਪਾਂ ਵੀ ਚਾਹੁੰਦੇ ਆ ਕਿ ਜੇ ਆਰਾਮ ਨਾਲ ਪਿਆਰ ਨਾਲ ਬੈਠ ਕੇ ਪੈਸੇ ਦੇ ਦੇਣ। ਤਾਂ ਉਸੇ ਸੰਬੰਧ ਦੇ ਵਿੱਚ 13 ਲੱਖ ਤੋਂ ਜ਼ਿਆਦਾ ਰੁਪਏ ਇਹਨਾਂ ਕੋਲ ਗਏ ਹੋਏ ਸੀਗੇ, 11 ਲੱਖ ਤੋਂ ਕੁਛ ਪੈਸੇ ਵੱਧ ਦੇ ਵਿੱਚ ਇਹਨਾਂ ਨਾਲ ਜਿਹੜਾ ਸਮਝੌਤਾ ਹੋਇਆ। ਉਸ ਦੇ ਵਿੱਚੋਂ ਪਿਛਲੀ ਵਾਰ ਜਦੋਂ ਆਏ ਸਿਰਫ 1 ਲੱਖ ਰੁਪਇਆ ਇਹਨਾਂ ਨੇ ਦਿੱਤਾ ਅਤੇ 10,64,000 ਰੁਪਇਆ ਹੋਰ ਲੈਣਾ ਸੀਗਾ ਇਹਨਾਂ ਤੋਂ, ਉਹ ਹਾਲ ਤੱਕ ਦਿੱਤਾ ਨਹੀਂ। ਅਤੇ ਉਸਦਾ ਜਿਹੜਾ ਸਮਾਂ ਦਿੱਤਾ ਸੀਗਾ ਉਹ 2 ਤੋਂ 3 ਵਾਰ ਲੰਘ ਚੁੱਕਿਆ। ਪ੍ਰਧਾਨ ਜੀ, ਹੁਣ ਜਿਹੜੇ ਇਹਨਾਂ ਦੇ ਕੋਈ ਮਾਲਕ ਨੇ ਜਾਂ ਕੋਈ ਮੈਨੇਜਰ, ਉਹਨਾਂ ਨਾਲ ਗੱਲ ਹੋਈ, ਪਤਾ ਲੱਗਿਆ ਵੀ ਤੁਸੀਂ ਉਹਨਾਂ ਨੂੰ ਅੰਦਰ ਬੰਦ ਕਰਤਾ ਅਤੇ ਪੱਕਾ ਮੋਰਚਾ ਲਾਤਾ, ਉਹਨਾਂ ਚਿਰ ਰਹੂਗਾ ਜਿੰਨਾ ਚਿਰ ਆਪਣੀ ਗੱਲ ਨਹੀਂ ਮੰਨੀ ਜਾਂਦੀ? ਹਾਂਜੀ ਜੀ, ਜਿਹੜਾ ਸਾਨੂੰ ਤਾਂ ਮਾਲਕਾਂ ਬਾਰੇ ਪਤਾ ਨਹੀਂ ਹੈਗਾ ਜੀ, ਕਿਉਂਕਿ ਜਦੋਂ ਵੀ ਆਉਂਦੇ ਹਾਂ ਮਾਲਕ ਨਵੇਂ ਤੌਰ 'ਤੇ ਹੀ ਮਿਲਦਾ ਰਿਹਾ ਇੱਥੇ। ਅਤੇ ਇੱਕ ਨਹੀਂ ਹੈਗਾ, ਕਿਉਂਕਿ ਮਾਲਕ ਨਹੀਂ, ਕੋਈ ਕਹਿੰਦਾ ਮੈਂ ਮੈਨੇਜਰ ਹਾਂ ਜਾਂ ਕੁਛ ਆ, ਮਾਲਕ ਸਾਨੂੰ ਨਹੀਂ ਪਤਾ, ਕਿਉਂਕਿ ਜਿਹੜੇ ਇਹ ਇਮੀਗ੍ਰੇਸ਼ਨ ਏਜੰਟ ਹੁੰਦੇ ਨੇ ਮਾਲਕ ਤਾਂ ਇਹਨਾਂ ਦੇ ਕੋਈ ਹੋਰ ਹੀ ਹੁੰਦੇ ਨੇ, ਕਿਉਂਕਿ ਉਹ ਆਪਣੇ ਆਪ ਪਰਦੇ ਪਿੱਛੇ ਹੀ ਰਹਿੰਦੇ ਨੇ। ਬਹੁਤ ਘੱਟ ਇਮੀਗ੍ਰੇਸ਼ਨ ਵਾਲੇ ਨੇ ਜਿਹੜੇ ਮਾਲਕ ਆਪ ਬੈਠਦੇ ਨੇ। ਪ੍ਰਧਾਨ ਜੀ, ਹੁਣ ਅਗਲੀ ਰਣਨੀਤੀ ਕੀ ਆ? ਦੇਖੋ, ਅਗਲੀ ਰਣਨੀਤੀ ਸਾਡੀ ਇਹੀ ਆ ਕਿ ਜਿੰਨਾ ਟਾਈਮ ਇਹਨਾਂ ਬੱਚਿਆਂ ਦੇ ਪੇਮੈਂਟ ਇਹਨਾਂ ਨੂੰ ਦਿੱਤੀ ਨਹੀਂ ਜਾਂਦੀ, ਧਰਨਾ ਜਾਰੀ ਰਹੂਗਾ। ਅਤੇ ਸਾਡੇ ਨਾਲ ਅੱਜ ਪਹਿਲਾਂ ਵੀ 2-3 ਵਾਰ ਇਹ ਸਾਡੇ ਆਗੂਆਂ ਨਾਲ ਅਤੇ ਉਹ ਪਰਿਵਾਰਾਂ ਨਾਲ ਤਾਂ ਕਰਦੇ ਹੀ ਨੇ, ਵਧੀਕੀਆਂ ਕਰਦੇ ਨੇ, ਧਮਕੀਆਂ ਦਿੰਦੇ ਨੇ ਕਿ ਅਸੀਂ ਤੁਹਾਨੂੰ ਮਾਰ ਦਾਂਗੇ ਜਾਂ ਤੁਹਾਡੇ ਨਾਲ ਇਹ ਕਰ ਦਾਂਗੇ, ਮਤਲਬ ਬਹੁਤ ਧਮਕੀਆਂ ਅੱਜ ਵੀ ਦਿੱਤੀਆਂ ਇਹਨਾਂ ਨੇ। ਸੋ ਮੋਰਚਾ ਜਾਰੀ ਰਹੂਗਾ, ਮੋਰਚਾ ਜਾਰੀ ਰਹੂਗਾ ਜਨ ਉਦੋਂ ਤੱਕ ਪੈਸੇ ਨਹੀਂ ਮਿਲਦੇ ਜੀ, ਬਿਲਕੁਲ। ਸੋ ਕਿਸਾਨ ਯੂਨੀਅਨ ਦੇ ਆਗੂ ਸਾਹਿਬਾਨ ਨੇ, ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਲਗਭਗ ਦਸੰਬਰ ਮਹੀਨੇ ਤੋਂ ਜਿਹੜਾ ਪਰਿਵਾਰ ਹੈ, ਵੱਖ ਵੱਖ ਪਰਿਵਾਰ ਇੱਥੇ ਆਉਂਦੇ ਨੇ, ਕਿਸਾਨ ਆਗੂਆਂ ਦੇ ਨਾਲ ਮੀਟਿੰਗ ਹੁੰਦੀ ਹੈ, ਉਸ ਤੋਂ ਬਾਅਦ ਇਹ ਗੱਲ ਕਹੀ ਜਾਂਦੀ ਹੈ ਕਿ ਤੁਹਾਡੇ ਪੈਸੇ ਦੇ ਦਿੱਤੇ ਜਾਣਗੇ। ਪਰਿਵਾਰ ਘੱਟ ਪੈਸੇ ਲੈਣ 'ਤੇ ਵੀ ਮੰਨ ਜਾਂਦੇ ਨੇ, ਪਰ ਹਰ ਵਾਰੀ ਉਹਨਾਂ ਨੂੰ 1 ਲੱਖ ਰੁਪਈਆ ਜਾਂ ਸਿਰਫ ਫੋਕੇ ਦਿਲਾਸੇ ਦੇ ਕੇ ਮੋੜ ਦਿੱਤਾ ਜਾਂਦਾ। ਅਤੇ ਅੱਜ ਜਦੋਂ ਇਹਨਾਂ ਪਰਿਵਾਰਾਂ ਦੇ ਸਬਰ ਦਾ ਬੰਨ ਟੁੱਟ ਗਿਆ ਤਾਂ ਉਹਨਾਂ ਨੇ ਕਿਸਾਨ ਆਗੂਆਂ ਦੇ ਕੋਲ ਫਿਰ ਗੱਲ ਕੀਤੀ ਅਤੇ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਪੱਕਾ ਮੋਰਚਾ ਲਗਾ ਦਿੱਤਾ ਗਿਆ। ਤੁਸੀਂ ਪਿੱਛੇ ਦੇਖੋ ਕਿ ਪਿੰਡਾਂ ਤੋਂ ਜਿਹੜੇ ਕਿਸਾਨ ਆਏ ਹੋਏ ਨੇ ਇੱਥੇ ਮੌਜੂਦ ਨੇ, ਅਤੇ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜਿੰਨਾ ਸਮਾਂ ਇਹਨਾਂ ਪੀੜਿਤ ਪਰਿਵਾਰਾਂ ਦੀ ਸੁਣਵਾਈ ਨਹੀਂ ਹੁੰਦੀ, ਇਨਸਾਫ ਨਹੀਂ ਮਿਲਦਾ, ਸਾਡਾ ਜਿਹੜਾ ਪੱਕਾ ਮੋਰਚਾ ਜਾਰੀ ਰਹੂਗਾ। ਦੂਜੇ ਪਾਸੇ ਜਿਹੜੇ ਇਸ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੇ ਜਾਂ ਮੈਨੇਜਰ ਨੇ, ਕੋਈ ਵੀ ਬਾਹਰ ਆ ਕੇ ਜਾਂ ਆਪਣਾ ਪੱਖ ਦੇਣ ਦੇ ਲਈ ਸਵੇਰ ਤੋਂ ਤਿਆਰ ਨਹੀਂ ਹੋਇਆ, ਲੋਕਾਂ ਨਾਲ ਫੋਨ 'ਤੇ ਗੱਲ ਜ਼ਰੂਰ ਹੁੰਦੀ ਰਹਿੰਦੀ ਹੈ, ਪਰ ਕਿਸੇ ਨੇ ਕਿਸਾਨਾਂ ਨੂੰ ਸਮਝਾਉਣ ਦੀ ਜਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸਾਫ਼ ਹੈ ਕਿ ਕਿਤੇ ਨਾ ਕਿਤੇ ਕਿਸਾਨਾਂ ਦੀ ਗੱਲ ਵੀ ਸਹੀ ਜਾਪਦੀ ਹੈ ਕਿ ਉਹਨਾਂ ਦੇ ਨਾਲ ਇੱਕ ਵੱਡੇ ਪੱਧਰ 'ਤੇ ਠੱਗੀ ਮਾਰੀ ਜਾ ਰਹੀ ਹੈ। ਦੂਜੀ ਗੱਲ ਇਹ ਵੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਇਹ ਜਿਹੜਾ ਲੀਲਾ ਭਵਨ ਉਹਦੇ ਵਿੱਚ ਕਈ ਵਾਰੀ ਚੈਕਿੰਗ ਕੀਤੀ ਗਈ ਸੀ, 100 ਦੇ ਕਰੀਬ ਜਿਹੜੇ ਇਮੀਗ੍ਰੇਸ਼ਨ ਸੈਂਟਰ ਨੇ ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਨੋਟਿਸ ਵੀ ਦਿੱਤਾ ਗਿਆ ਸੀ ਕਿ ਤੁਹਾਡੇ ਕਾਗਜ਼ਾਤ ਪੂਰੇ ਨਹੀਂ ਹੈਗੇ, ਪਰ ਉਸ ਤੋਂ ਬਾਅਦ ਉਹ ਕਾਰਵਾਈ ਨੂੰ ਵੀ ਪ੍ਰਸ਼ਾਸਨ ਨੇ ਠੰਡੇ ਵਾਸਤੇ 'ਚ ਪਾਤਾ, ਅਤੇ ਜਿਸ ਕਰਕੇ ਲੋਕਾਂ ਦੀ ਲੁੱਟ ਲਗਾਤਾਰ ਜਾਰੀ ਹੈ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।